ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐੱਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਆਪਾਂ ਤੁਹਾਡੀ ਅੱਜ ਦੇ ਦਿਨ ਗੱਲਬਾਤ ਕਰਾਉਂਦੇ ਹਾਂ। ਮਲੋਟ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ 4 7 2 7 2 2 5 0 0। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ ਤੇ ਸੂਬੇਦਾਰ ਸੁਰਜੀਤ ਸਿੰਘ ਕੰਗ ਤੇ ਪਰਿਵਾਰ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 4 7 2 2 5 0 0 ਦੇ ਉੱਤੇ। ਅਤੇ ਆਪਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਪ੍ਰਸਿੱਧ ਢਾਡੀ ਭਾਈ ਗੁਰਬਖਸ਼ ਸਿੰਘ ਅਲਵੇਲਾ ਨਹੀਂ ਰਹੇ, ਲੋਕਾਂ ਨੇ ਕੀਤਾ ਯਾਦ। ਹਾਂਜੀ, ਬਹੁਤ ਦੁਖਦਾਈ ਖਬਰ ਹੈ ਕਿ ਜਿਸ ਅਲਵੇਲਾ ਜੀ ਨੂੰ ਸਾਡੇ ਵਰਗੇ ਸੁਣਦੇ ਜਵਾਨ ਹੋਏ, ਅਸੀਂ ਉਹਨਾਂ ਨੂੰ ਦੇਖਦੇ ਹੁੰਦੇ ਸੀਗੇ ਕਿ ਕਿੱਦਾਂ ਕਲਾਕਾਰਾਂ ਦੀਆਂ ਜਦੋਂ ਕੈਸਟਾਂ ਆਉਂਦੀਆਂ ਸੀ, ਰੀਲਾਂ ਕਹਿੰਦੇ ਸੀ ਜਿਹਨੂੰ, ਉਹਨਾਂ ਦੇ ਉੱਤੇ ਲੱਗੀ ਫੋਟੋ ਬੜੀ ਦਿਲਕਸ਼ ਹੁੰਦੀ ਸੀਗੀ ਕਿ ਇਹ ਇਹਨਾਂ ਕਲਾਕਾਰਾਂ ਦੇ ਉਸਤਾਦ ਆ, ਜਿੱਦਾਂ ਬਲਕਾਰ ਸਿੱਧੂ, ਧਰਮਪ੍ਰੀਤ, ਬਹੁਤ ਸਾਰੇ ਕਲਾਕਾਰ ਆ ਜਿਹੜੇ ਉਹਨਾਂ ਨੇ ਸੰਗੀਤ ਇੰਡਸਟਰੀ ਨੂੰ ਦਿੱਤੇ, ਜਿਹਨਾਂ ਨੇ ਸਥਾਪਿਤ ਹੋ ਕੇ ਬੜੀ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੰਗੀਤ ਜਗਤ ਨੂੰ ਦੇਣ ਦਿੱਤੀ। ਪਰ ਜਿਹੜਾ ਬੰਦਾ ਕਦੇ ਬੱਸਾਂ ਟਰੱਕਾਂ ਦੇ ਵਿੱਚ ਰਾਜ ਕਰਦਾ ਸੀਗਾ ਆਪਣੀ ਆਵਾਜ਼ ਦੇ ਜ਼ਰੀਏ, ਉਹ ਜੋਸ਼ੀਲੀ ਆਵਾਜ਼ ਜਿਹੜੀ ਹੈ ਕੱਲ੍ਹ ਖਾਮੋਸ਼ ਹੋ ਗਈ, ਸਦਾ ਲਈ ਖਾਮੋਸ਼ ਹੋ ਗਈ, ਸਦਾ ਲਈ ਸਾਥੋਂ ਵਿਛੜ ਗਈ। ਔਰ ਵੈਸੇ ਇਹ ਲੋਕ ਸਰੀਰਕ ਤੌਰ ਤੇ ਵਿਛੜ ਜਾਂਦੇ ਨੇ, ਪਰ ਇੱਕ ਜਿਹੜੀ ਸਾਂਝ ਹੁੰਦੀ ਹੈ ਜੋ, ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ, ਉਹ ਤੇ ਸਦਾ ਰਹਿੰਦੀਆਂ ਨੇ। ਪਰ ਦੁੱਖ ਦੀ ਗੱਲ ਇਹ ਆ ਕਿ ਬਹੁਤ ਤੰਗੀ ਤੁਰਸ਼ੀ ਦੇ ਵਿੱਚ ਉਹਨਾਂ ਦਾ ਆਖਰੀ ਸਮਾਂ ਬੀਤਿਆ। ਹਾਲਾਂਕਿ ਐਸ ਜੀ ਪੀ ਸੀ ਨੇ ਵੀ ਮਦਦ ਕੀਤੀ, ਬਲਵੰਤ ਸਿੰਘ ਰਾਮੂ ਵਾਲੀਆ ਵੀ ਕੁਛ ਦਿਨ ਪਹਿਲਾਂ ਆਏ, ਉਹਨਾਂ ਨੇ ਵੀ 51,000 ਦੀ ਹੈਲਪ ਕੀਤੀ। ਪਰ ਉਹ ਮਦਦ ਉਦੋਂ ਹੋਈ ਜਦੋਂ ਵੇਲਾ ਵਿਆ ਚੁੱਕਾ ਸੀਗਾ, ਜਦੋਂ ਵੇਲਾ ਲੰਘ ਚੁੱਕਾ ਸੀਗਾ, ਉਸ ਸਮੇਂ ਇਹ ਇਮਦਾਦਾਂ ਆਈਆਂ। ਪਹਿਲਾਂ ਉਹ ਅੰਤੜੀਆਂ ਦੇ ਰੋਗ ਤੋਂ ਪੀੜਿਤ ਸੀਗੇ, ਜਿਗਰ ਦੇ ਰੋਗ ਸੀਗੇ ਉਹਨਾਂ ਨੂੰ, ਇਸ ਕਰਕੇ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਸੀ। ਹਾਲਤ ਜਿਹੜੀ ਮਾਲੀ ਹਾਲਤ ਸੀਗੀ ਉਹ ਬੜੀ ਕਮਜ਼ੋਰ ਸੀ, ਇਸ ਕਰਕੇ ਇਲਾਜ ਜਿਹੜਾ ਸ਼ੁਰੂ ਦੇ ਵਿੱਚ ਜਦੋਂ ਬਿਮਾਰੀ ਸੀ ਉਦੋਂ ਪੂਰਾ ਢੁਕਵਾਂ ਨਹੀਂ ਹੋ ਸਕਿਆ, ਜਿਸ ਕਾਰਨ ਬਿਮਾਰੀ ਵੱਧਦੀ ਗਈ। ਮਿਦਾਦਾਂ ਆਈਆਂ ਜਿਹੜੀਆਂ ਉਹ ਵੇਲਾ ਵਿਆਹ ਕੇ ਆਈਆਂ। ਖੈਰ ਉਹਨਾਂ ਦਾ ਵਿਛੋੜਾ ਜਿਹੜਾ ਬਹੁਤ ਬਹੁਤ ਜਿਵੇਂ ਕਹਿ ਲਈਏ ਕਿ ਵੱਡਾ ਘੱਟ ਹੈ। ਵੈਸੇ ਵੀ ਸਾਡੇ ਕੋਲ ਹੁਣ ਜਿਹੜੇ ਢਾਡੀ ਕਮਿਸ਼ਨਰ ਹੈ ਬਹੁਤ ਘੱਟ ਰਹਿ ਗਏ, ਇਹੋ ਜਿਹੇ ਢਾਡੀ ਕਮਿਸ਼ਨਰ ਜਿਹੜੇ ਰਾਜ ਕਰਦੇ। ਮੈਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤੇ ਅਸੀਂ ਆਉਣਾ ਬੱਸਾਂ ਦੇ ਵਿੱਚ, ਤੇ ਉਦੋਂ ਸਵੇਰੇ ਟਾਈਮ ਬੱਸਾਂ ਦੇ ਵਿੱਚ ਇਹਨਾਂ ਢਾਡੀਆਂ ਦੇ ਪ੍ਰਸੰਗ ਚੱਲਦੇ ਹੁੰਦੇ ਸੀ, ਜਰਨੈਲ ਸਿੰਘ ਸਵਰਾਂ ਵਾਲਾ ਜਾਂ ਸੋਹਣ ਸਿੰਘ ਸ਼ੀਤਲ ਜਾਂ ਗੁਰਬਖਸ਼ ਸਿੰਘ ਅਲਵੇਲਾ। ਪਰ ਹੁਣ ਇੱਕ ਇੱਕ ਕਰਕੇ ਉਹ ਸਾਰੀਆਂ ਢਾਡੀ ਕਵਿਸ਼ਰ ਦੀਆਂ ਜਿਹੜੀ ਕਵਿਸ਼ਰੀ ਦੀਆਂ ਮਹਾਨ ਹਸਤੀਆਂ ਸੀਗੀਆਂ ਉਹ ਚਲੇ ਗਈਆਂ। ਅਫਸੋਸ ਹੈ ਕਿ ਇਹਨਾਂ ਦੀ ਵਿਰਾਸਤ ਅੱਗੇ ਨਹੀਂ ਵੱਧ ਸਕੀ। ਸਾਡੀ ਅਸੀਂ ਚਾਹੇ ਕਹਿ ਲਈਏ ਅਸੀਂ ਲੋਕ ਵੀ ਜ਼ਿੰਮੇਵਾਰ ਆ, ਪਰ ਸਾਡੀ ਸਰਕਾਰ ਤੇ ਤੁਹਾਨੂੰ ਪਤਾ ਹੈ ਹੀ ਲਾਪਰਵਾਹ ਕਿ ਜਿਹੜੀ ਇੱਕ ਇਹਨਾਂ ਦੀ ਵਿਰਾਸਤ ਜਿਹੜੀ ਸੀਗੀ ਉਹ ਅੱਗੇ ਤੁਰਨੀ ਚਾਹੀਦੀ ਸੀਗੀ, ਉਹਦੇ ਚ ਖੜੋਤ ਆ ਗਈ ਹੈ। ਖੈਰ ਗੁਰਬਖਸ਼ ਸਿੰਘ ਅਲਵੇਲਾ ਦਾ ਜਿਹੜਾ ਅਲਵੇਲਾ ਦੌਰ ਸੀਗਾ ਉਹ ਸਮਾਪਤ ਹੋ ਗਿਆ, ਤੇ ਅੱਜ ਅਸੀਂ ਉਹਨਾਂ ਨੂੰ ਸਿਰਫ ਯਾਦ ਕਰ ਸਕਦੇ ਹਾਂ, ਵਿਦਾ ਆਖ ਸਕਦੇ ਹਾਂ। ਪਰ ਜੋ ਉਹਨਾਂ ਦੀ ਦੇਣ ਆ ਉਹ ਵੱਡਮੁੱਲੀ ਹੈ। 70 ਕੈਸਟਾਂ ਉਹਨਾਂ ਨੇ ਕੀਤੀਆਂ ਹੋਈਆਂ ਨੇ ਆਪਣੇ ਪ੍ਰਸੰਗਾਂ ਦੀਆਂ, ਜੋ ਢਾਡੀ ਪ੍ਰਸੰਗ ਹੁੰਦੇ ਆ, 70 ਕੈਸਟਾਂ, ਔਰ ਮੈਨੂੰ ਲੱਗਦਾ ਕਿ ਸਾਰੀਆਂ ਸੁਪਰ ਡੁਪਰ ਹਿੱਟ ਕੈਸਟਾਂ ਸੀ ਉਸ ਸਮੇਂ ਦੀਆਂ। ਪਰ ਬਾਅਦ ਦੇ ਵਿੱਚ ਇੱਕ ਸਮਾਂ ਆਉਂਦਾ ਜੀ ਜਦੋਂ ਜਿਹੜਾ ਸ਼ੌਹਰਤ ਦਾ ਸੂਰਜ ਛੁੱਪ ਜਾਂਦਾ, ਤੇ ਉਹੀ ਸੂਰਜ ਐਸਾ ਛੁਪਿਆ ਕਿ ਅੱਜ ਦੀ ਪੀੜ੍ਹੀ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਅਲਵੇਲਾ ਕੌਣ ਹੈ। ਬਿਲਕੁਲ ਸਹੀ ਗੱਲ ਜੀ, ਇਹ ਇੱਕ ਦੁਖਦਾਈ ਪਹਿਲੂ ਹੈਗਾ ਆ ਅੱਜ ਕੱਲ੍ਹ ਦਾ। ਅਤੇ ਆਪਾਂ ਜੇ ਅਗਲੀ ਗੱਲ ਕਰੀਏ, ਪ੍ਰੇਮਿਕਾ ਨੂੰ ਮਿਲਣ ਗਿਆ ਸੀ ਨੌਜਵਾਨ, ਕੁੜੀ ਦੇ ਘਰਦਿਆਂ ਨੇ ਵੱਢ ਕੇ ਲਾਸ਼ ਸਾੜ ਕੇ ਸਿੱਟੀ। ਇਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਪੰਜਾਬ ਦੇ ਪਿੰਡਾਂ ਚੋਂ ਆਮ ਸਾਹਮਣੇ ਆਉਂਦੀਆਂ ਜੀ। ਪਿੱਛੇ ਜੇ ਇੱਕ ਕਪੂਰਥਲਾ ਦਾ ਫੌਜੀ ਛੁੱਟੀ ਆਇਆ ਸੀ, ਨੌਜਵਾਨ ਸੀਗਾ ਬੜਾ, 20-25 ਸਾਲ ਦਾ, ਭਰ ਜਵਾਨੀ ਚ ਸੀਗਾ। ਇਸੇ ਤਰ੍ਹਾਂ ਹੀ ਉਹਦੇ ਨਾਲ ਵਾਪਰਿਆ ਸੀ, ਉਹ ਆਪਣੀ ਪ੍ਰੇਮਿਕਾ ਨੂੰ ਰਾਤ ਮਿਲਣ ਗਿਆ ਤੇ
ਉਹਦੇ ਘਰ ਵਾਲਿਆਂ ਨੇ ਉਹਨੂੰ ਵੱਢ ਟੁੱਕ ਕੇ ਕਤਲ ਕਰ ਦਿੱਤਾ। ਇਹ ਘਟਨਾ ਹੁਣ ਤਰਨ ਤਾਰਨ ਦੀ ਜਿਹੜੀ ਹੈ ਉਹ ਬਹੁਤ ਡਰਾਵਣੀ ਘਟਨਾ ਹੈ। ਇਹ ਦਿਆਲ ਰਾਜਪੂਤਾਂ ਦਾ ਰਹਿਣ ਵਾਲਾ ਨੌਜਵਾਨ ਸੀ ਅਵਤਾਰ ਸਿੰਘ, ਬੜਾ ਸੋਹਣਾ ਸੁਨੱਖਾ ਮੁੰਡਾ ਸੀਗਾ, 17 ਕੁ ਸਾਲ ਦੀ ਉਮਰ ਸੀ, 11ਵੀਂ ਚ ਪੜ੍ਹਦਾ ਸੀਗਾ ਉੱਥੇ ਸਕੂਲ ਸ਼ਾਹਬਾਜ਼ਪੁਰਾ ਪਿੰਡ ਹੈ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ। ਉਸ ਸਕੂਲ ਦੇ ਵਿੱਚ ਪੜ੍ਹਦੇ ਹੀ ਇਹਨਾਂ ਦਾ ਪ੍ਰੇਮ ਪ੍ਰਸੰਗ ਚੱਲਿਆ। ਇੱਕ ਕੁੜੀ ਸੀਗੀ ਸੁਖਵਿੰਦਰ ਕੌਰ ਕੋਈ, ਉਹਦੀ ਉਹਦੇ ਨਾਲ ਇਹਦਾ ਹੋਇਆ, ਅਫੇਅਰ ਹੋਇਆ। ਉਸ ਤੋਂ ਬਾਅਦ ਇਹ ਆਪਣੇ ਘਰੇ ਕਹਿ ਕੇ ਗਿਆ 2-3 ਰਾਤਾਂ ਪਹਿਲਾਂ ਕਿ ਜੀ ਮੈਂ ਵਿਆਹ ਤੇ ਚੱਲਿਆ, ਤੇ ਚਲਾ ਉਸ ਕੁੜੀ ਦੇ ਬੁਲਾਵੇ ਤੇ ਉਹਦੇ ਘਰੇ ਗਿਆ। ਚਲਾ ਉਸ ਤੋਂ ਬਾਅਦ ਇਹ ਹੋਣੀ ਵਾਪਰੀ। ਹੁਣ ਜਿਹੜੀ ਇਹਦੀ ਲਾਸ਼ ਮਿਲੀ ਹੈ ਉਹ ਇੰਨੀ ਭੈੜੀ ਹਾਲਤ ਚ ਮਿਲੀ ਹੈ ਕਿ ਦੇਖ ਕੇ ਅੱਖਾਂ ਜਿਹੜੀਆਂ ਖੜ ਜਾਂਦੀਆਂ ਨੇ, ਦੋਵੇਂ ਲੱਤਾਂ ਜਿਹੜੀਆਂ ਉਹ ਗਾਇਬ ਨੇ ਧੜ ਤੋਂ, ਯਾਨੀ ਵੱਢੀਆਂ ਹੋਈਆਂ ਨੇ, ਔਰ ਪਰਾਲੀ ਦਾ ਢੇਰ ਜਿਹੜਾ ਰੱਖ ਕੇ ਉਹਦੇ ਵਿੱਚ ਲਾਸ਼ ਸਾੜ ਦਿੱਤੀ ਗਈ। ਹਾਲਾਂਕਿ ਲਾਸ਼ ਹੈ ਜਿਹੜੀ ਪੂਰੀ ਤਰ੍ਹਾਂ ਸੜੀ ਨਹੀਂ, ਤੇ ਕੁਛ ਜਦੋਂ ਸਵੇਰੇ ਲੋਕ ਲੰਘੇ ਉੱਥੋਂ ਡਰੇਨ ਦੇ ਕਿਨਾਰੇ ਤੋਂ, ਤੇ ਉਹਨਾਂ ਨੇ ਦੇਖਿਆ ਕਿ ਅੱਧ ਜਲੀ ਲਾਸ਼ ਪਈ ਹੈ। ਉਸ ਤੋਂ ਬਾਅਦ ਇਹ ਸਾਰਾ ਮਾਮਲਾ ਖੁੱਲਿਆ, ਪਹਿਚਾਣ ਹੋਈ ਕਿਉਂਕਿ ਘਰੇ ਨਹੀਂ ਸੀ ਮੁੜਿਆ। ਉਸ ਤੋਂ ਬਾਅਦ ਇਹਦੀ ਪਛਾਣ ਕੀਤੀ ਗਈ ਕਿ ਇਹ ਵਾਕਈ ਅਵਤਾਰ ਸਿੰਘ ਆ। ਹੁਣ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਤੇਜ਼ੀ ਨਾਲ ਸਾਡੇ ਸਮਾਜ ਦੇ ਵਿੱਚੋਂ ਨਿਕਲਦੀਆਂ ਨੇ। ਕਿਸੇ ਸਮੇਂ ਸਾਡੇ ਪਿੰਡਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਨਹੀਂ ਸੀਗਾ ਵਰਤਾਰਾ, ਕਿਉਂਕਿ ਸਾਡੇ ਇੱਥੇ ਧੀਆਂ ਭੈਣਾਂ ਦੀ ਇੱਜ਼ਤ ਜਾਂ ਇਸ ਤਰ੍ਹਾਂ ਦੇ ਜਿਹੜੇ ਨੈਤਿਕ ਕਦਰਾਂ ਕੀਮਤਾਂ ਦੇ ਹੁੰਦੇ ਆ, ਤੱਤ ਮੂਲ ਤੱਤ ਜਿਹੜੇ ਉਹ ਬਹੁਤ ਵੱਡੇ ਪੈਮਾਨੇ ਤੇ ਸਾਡੇ ਵਿੱਚ ਮੌਜੂਦ ਸੀਗੇ, ਪਰ ਉਹ ਹੌਲੀ ਹੌਲੀ ਅੰਸ਼ ਹੈ ਜਿਹੜੇ ਤੱਤ ਉਹ ਖਤਮ ਹੋ ਗਏ। ਇਹਦੇ ਵਿੱਚ ਯੋਗਦਾਨ ਹੈ ਜਿਹੜਾ ਗੰਧਲਾ ਹੋਇਆ ਸੱਭਿਆਚਾਰ ਹੈ ਜੀ, ਜਿਹੜੇ ਕਲਾਕਾਰਾਂ ਨੇ ਵੱਲ ਸਿਖਾਏ ਹੋਏ ਆ ਕਿ ਨੀਂਦ ਦੀਆਂ ਗੋਲੀਆਂ ਪਾ ਕੇ ਮਿਲਣਾ ਹੈ, ਇਹ ਮਿਰਜ਼ਾ ਬਣ ਕੇ ਜਾਣਾ, ਇਹ ਕੁਛ ਹੈ। ਇਹੀ ਨਹੀਂ ਜੀ, ਜਿਹੜੀ ਪੜ੍ਹਾਈ ਹੈ, ਮੈਂ ਖੁਦ ਯੂਨੀਵਰਸਿਟੀ ਦਾ ਪੇਪਰ ਦੇ ਕੇ ਆਇਆ 3 ਦਿਨ ਪਹਿਲਾਂ, ਇਲੈਕਟਿਵ ਪੰਜਾਬੀ ਦਾ। ਇਲੈਕਟਿਵ ਪੰਜਾਬੀ ਹੁੰਦਾ ਸਾਹਿਤਕ ਵਿਸ਼ਾ, ਤਾਂ ਤੁਸੀਂ ਹੈਰਾਨ ਹੋ ਗਏ ਕਿ ਉਹ ਜਿਹੜਾ ਸਾਰਾ ਪੇਪਰ ਸੀ ਉਹ ਬੇਸਡ ਹੀ ਆਸ਼ਤੀ ਮਸ਼ੂਕੀ ਦੇ ਕਿਸੇ ਤੇ ਸੀਗਾ। ਜਿਹੜਾ ਮੈਂ ਦੇਖਿਆ ਪੇਪਰ, ਸੱਸੀ ਪੁੰਨੂ ਸੀ, ਸੋਹਣੀ ਮਹੀਵਾਲ ਸੀ, ਹੀਰ ਰਾਂਝਾ ਸੀ, ਉਹਦੇ ਚ ਜਿਹੜੇ ਕਵੀ ਪੰਜਾਬ ਦੇ ਹੋਏ ਆ, ਵੀਰ ਸਿੰਘ ਆ, ਚਾਹੇ ਪ੍ਰੋਫੈਸਰ ਪੂਰਨ ਸਿੰਘ ਆ, ਸਾਹਿਬ ਸਿੰਘ ਆ, ਡਾਕਟਰ ਜਗਤਾਰ, ਅਮ੍ਰਿਤਾ ਪ੍ਰੀਤਮ ਹੋਰੀ, ਇਹ ਸਾਰੇ ਗਾਇਬ ਨੇ। ਉੱਥੇ ਕਿੱਸੇ ਆ ਜਿਹੜੇ ਉਹ ਪੜ੍ਹਾਏ ਜਾਂਦੇ ਆ, ਸਾਹਿਬਾਂ ਜਿਹੜੀ ਖੀਵਾ ਖਾਣ ਦੀ ਧੀ, ਇਸ ਤਰ੍ਹਾਂ ਸਭ ਕੁਛ। ਤਾਂ ਉਹ ਇੱਕ ਸਕੂਲੀ ਪੱਧਰ ਤੇ ਜਿਹੜੀਆਂ ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਛੋਟੇ ਅਲੜ ਮਾਨਸਿਕਤਾ ਦੇ ਵਿੱਚ ਤਲ ਤੇ ਉਗ ਪੈਂਦੀਆਂ, ਉਪਜ ਪੈਂਦੀਆਂ, ਤੇ ਉਹਨਾਂ ਨੂੰ ਅੱਗੇ ਜਾਗ ਲਾਉਂਦੇ ਆ ਜਿਹੜੇ ਸੱਭਿਆਚਾਰ ਦੇ ਦੁਸ਼ਮਣ ਆ, ਗੀਤ ਸੰਗੀਤ ਵਾਲੇ ਆ, ਜਿਹੜੇ ਜਿਹਨਾਂ ਨੇ ਐਸਾ ਇੱਕ ਜਾਲ ਬੁਣਿਆ ਕਿ ਨੌਜਵਾਨ ਪੀੜ੍ਹੀ ਇਹਨਾਂ ਦੇ ਵਿੱਚ ਬਟੇਰੇ ਵਾਂਗੂ ਫਸ ਗਈ ਹੈ। ਸੋ ਉਹ ਚੀਜ਼ਾਂ ਜਿਹੜੀਆਂ ਉਹ ਸਾਡੇ ਸਮਾਜ ਨੂੰ ਇੱਕ ਗਲਤ ਦਿਸ਼ਾ ਵੱਲ ਲਿਜਾ ਰਹੀਆਂ, ਤੇ ਇਹੀ ਵਜ੍ਹਾ ਹੈ ਜੀ ਕਿ ਅੱਜ 17 ਸਾਲ ਦੀ ਉਮਰ 'ਚ ਨੌਜਵਾਨ ਜਿਹੜਾ ਪ੍ਰੇਮਿਕਾ ਨੂੰ ਮਿਲਣ ਗਿਆ ਕਤਲ ਹੋ ਜਾਂਦਾ, ਤੇ ਕਦੇ ਉਹ ਵੇਲਾ ਸੀਗਾ ਕਿ 17 ਸਾਲ ਦਾ ਜਿਹੜਾ ਬੱਚਾ ਹੈ ਉਹ ਸ਼ਾਮ ਨੂੰ 6-7 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਸੀ ਨਿਕਲਦਾ। ਜੇ ਨਿਕਲਦਾ ਵੀ ਸੀ ਤੇ ਉਹਦੇ ਘਰਦਿਆਂ ਨੂੰ ਇੰਨਾ ਵਿਸ਼ਵਾਸ ਹੁੰਦਾ ਸੀ ਕਿ ਜਿੱਥੇ ਦੱਸ ਕੇ ਗਿਆ ਉਦੋਂ ਵੀ ਇੱਧਰ ਉੱਧਰ ਨਹੀਂ ਜਾਏਗਾ। ਜੀ ਜੀ ਬਿਲਕੁਲ, ਇਹ ਜਿੱਦਾਂ ਤੁਸੀਂ ਦੱਸਿਆ ਵੀ ਇਹ ਤਰੀਕੇ ਜਿਹੜੇ ਦਿਖਾ ਦਿਖਾ ਕੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਭਰ ਦਿੱਤਾ ਗਿਆ ਆ। ਅਲਬੇਲੇ ਹੁਣਾਂ ਦੀ ਘਾਟ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੀ ਉਹ ਜ਼ਿਆਦਾ ਰੜਕਦੀ ਹੈ, ਕਿਸੇ ਟਾਈਮ ਦੇ ਉੱਤੇ ਜੇ ਉਹਨਾਂ ਨੂੰ ਸੁਣਦੇ ਹੋਣ ਤਾਂ ਇਹ ਨੌਬਤਾਂ ਨਾ ਆਉਣ। ਆਪਾਂ ਅਗਲੀ ਮਿੰਟੂ ਜੀ ਗੱਲਬਾਤ ਕਰੀਏ। 2 ਕਰੋੜੀ ਜ਼ਮੀਨ ਘੁਟਾਲੇ 'ਚ ਡਿਪਟੀ ਡਾਇਰੈਕਟਰ ਸਮੇਤ 7 ਨੂੰ ਕੈਦ। ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਮਲਾ ਸੀਗਾ ਜੀ, ਤਖਨੀ ਪਿੰਡ ਦੇ ਵਿੱਚ। ਅੱਜ ਤੋਂ ਮੈਨੂੰ ਲੱਗਦਾ ਕਿ 15-20 ਸਾਲ ਪਹਿਲਾਂ, 1997 ਦੀ ਗੱਲ ਹੈ ਜੀ, ਕਿ ਇਹ ਮਾਮਲਾ ਹੋਇਆ ਸੀਗਾ। ਉੱਥੇ 435 ਏਕੜ ਜ਼ਮੀਨ ਹੈ ਜਿਹੜੀ, ਉਹ ਇੱਕ ਪੂਰਵੀ ਜਿਹੜਾ ਸੀਗਾ ਡਿਪਟੀ ਡਾਇਰੈਕਟਰ ਹਸਬੈਂਡਰੀ ਹੁੰਦਾ ਸੀਗਾ ਵਿਭਾਗ, ਉਸ ਸਮੇਂ ਮੌਜੂਦਾ ਤਤਕਾਲੀ ਡਿਪਟੀ ਡਾਇਰੈਕਟਰ, ਉਹਨੇ ਖੜੇ ਕਰਕੇ ਕਾਨੂੰ ਗੋ ਪਟਵਾਰੀ ਜੀ 2-3 ਪੁਲਸੀਏ ਸੀਗੇ, ਉਹ ਸਾਰੇ ਆਪਣੇ ਨਾਲ ਰਲਾ ਕੇ 435 ਕਿੱਲੇ ਜ਼ਮੀਨ ਜਿਹੜੀ ਸੀ ਹੜੱਪ ਲਈ ਸੀ ਉਸ ਪਿੰਡ ਦੀ। ਉਹ ਸਰਪਲਸ ਜ਼ਮੀਨ ਉਹਨੂੰ ਕਹਿੰਦੇ ਆ, ਸਰਪਲਸ ਜ਼ਮੀਨ ਉਸ ਸਮੇਂ ਇੱਕ ਨੀਤੀ ਤਹਿਤ ਬਣਾਈ ਜਾਂਦੀ ਸੀ ਪਿੰਡਾਂ 'ਚ, ਕੰਢੀ ਏਰੀਏ 'ਚ ਖਾਸ ਤੌਰ 'ਤੇ, ਕਿ ਇਹ ਜ਼ਮੀਨ ਹੈ ਜਿਹੜੀ ਉਹ ਥੋੜੇ ਜਿਹੇ ਪੈਸੇ ਅਦਾ ਕਰਕੇ ਜਿਹੜੇ ਲੋੜਵੰਦ ਜ਼ਮੀਨ ਜਿਹੜੇ ਬੇਜ਼ਮੀਨੇ ਲੋਕ ਹੈ
हलवाहक बन सकन, वो खेती कर सकन। इस करके वो एक नीति लियांदी गई सी, उहनू सरप्लस जमीन कहिंदे सी पिंडां दे विच। ते इन्हां ने वो जिहड़ी 435 किले जमीन सी, इन्हां दी काली अख दी निगाह च आ गई इन्हां ने करके गंढ सुंढ सारिआं दे नाल आपस दे विच मिल के वो सारी जमीन है जिहड़ी वह कुछ अपने ना करा ली, लोड़वंद बना के अपने आप नूं कुछ जिहड़े फालस बंदे सीगे वह खड़े करके थोड़े थोड़े जिहड़े जिवें 800 रुपया एकड़ का देके इन्हां ने वो जमीन जिहड़ी आप दे नाल चढ़ा ली सी। खास तौर पर जिहड़ा पैसा इन्होंने 800 रुपया एकड़ का दिता भी अदा भी किया वह भी सरकारी खजाने च इन्हें जमा नहीं सी करवाया, जाने पूरा ही अपने जिदा कह लिए बाबे का राज बना लिया। वह सारा कुछ जदों उस पिंड का सरपंच सीगा स्वर्गवासी जोगिंदर सिंह उन्हें पता लग्या तो उन्हें डिप्टी कमिश्नर नूं शिकायत दी। उस तो बाद मामला जिहड़ा सीगा वह चंडीगढ़ तक पहुंचा, पर चंडीगढ़ पुलिस ने की किया जी एक दो बंदे सीगे हुशियारपुर पुलिस ने चंडीगढ़ के दो बंदे नामजद करके केस जिहड़ा सीगा उस तरह नाल कह लीए कि जाली जिहा केस तैयार कर दिता। उहदे विच इह सी कहा कि वह जिहड़े दो बंदे शामिल किए गए सी उहनां दा कोई लागा देगा ही नहीं सी केस नाल। इस तो बाद जदों अदालत दे विच सारियां परतां खुल्लियां तो फिर जी इनवैसटीगेशन सी वो CBI के हवाले की गई, उन्हें 2002 मुकदमा दायर किया। उस तो बाद ये मुकदमा विचार अधीन चलिया काफी लंबे समय तक, ये जिहड़ा केस सीगा मुकदमा सीगा डके डोले खान तो बाद आखिर कल किनारे लगा पटियाले की जिहड़ी CBI की विशेष अदालत है उन्हें 7 दोषियों नूं कैद दी है 3 साल की, जिन्होंने ये सारा कुछ एक ताना वोना बुन के यह सारा कुछ एक घटनाक्रम के वजो अंजाम दिता सीगा। उन्हां दे विच जिहड़ा उस समय का डिप्टी डायरैक्टर सीगा उहदा नाम है मोहन सिंह निजर, एक जेई सीगा बलराम राणा पंजाब पुलिस का हैड कॉन्सटेबल सी प्रवीण कुमार, हैड कॉन्सटेबल सीगा रजिंदर सिंह, इस तरह करके होर जिहड़े दोषी सीगे उन्होंने 3-3 साल की कैद से कुछ जुर्माना किया। पर वास्तविकता यह है पंजाब दे विच कि इस तरह के मामले बहुत सारे है। पिछे जे एक पंजाब सरकार ने आप ही मन के अंकड़ा दिता सीगा कि 20,000 एकड़ पंजाब से जिन्हें शामला जमीन है उन्होंने नजायज कब्जा है, पर असलियत यह है कि इस तो कई गुणा ज्यादा पंचायती सरकारी जमीन से कब्जा है, नजायज कब्जा है। पर वह नजायज कब्जा ज्यादातर किया किने किया है, लीडर अफसर शाही ते पुलिस इन्हां दी तिकड़ी ने ज्यादा कब्जे पंजाब दे विच जे लाइए तो जिहड़ा इन्होंने 20,000 अंकड़ा मन्निया सी उहदे तो कई गुणा जे लाइए तो उहदे विचों ज्यादातर जिहड़ा है वह इस तिकड़ी ने कब्जा कब्जे हेठ किया है। सो यह पंजाब दे विच बहुत वड्डा माफिया है जिन्हां ने सरकारी जमीना शामला जमीना जिहड़ियां इस तरह दियां सरप्लस जमीना सीगियां ਉਹ ਰਲ ਕੇ ਮਿਲ ਕੇ ਘੁੱਟ ਲਈਆਂ। ਇਹ ਤੇ ਹੁਣ ਕੋਈ ਸਰਕਾਰ ਆਵੇਗੀ ਜਾਂ ਕਦੇ ਕੋਈ ਜਾਂਚ ਕਮੇਟੀ ਬਣੇ ਸਾਰਾ ਜਿਹੜਾ ਮੁੱਢ ਤੋਂ ਫਰੋਲਿਆ ਜਾਏਗਾ ਤਾਂ ਇਹ ਕਿੱਸਾ ਜਿਹੜਾ ਆਪਣੇ ਆਪ ਉਜਾਗਰ ਹੋ ਜਾਏਗਾ। ਵਾਸਤਵਿਕਤਾ ਇਹੀ ਹੈ ਕਿ ਇਸ ਤਿੱਕੜੀ ਨੇ ਬਹੁਤ ਵੱਡੇ ਪੱਧਰ ਤੇ ਕਬਜ਼ਾ ਕੀਤਾ ਤੇ ਇਸੇ ਤਿੱਕੜੀ ਦਾ ਇਹੀ ਕਮਾਲ ਹੈ ਜਿਹੜਾ ਤੁਹਾਨੂੰ ਮੈਂ ਸੁਣਾਇਆ ਜੀ। ਅਗਲੀ ਖਬਰ ਵੱਲ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਫਰੇਟਲਾਈਨਰ ਆਫ ਸਾਲਟ ਲੇਕ ਸਿਟੀ ਯੂਟਾ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਟਰੱਕ ਲੈ ਸਕਦੇ ਹੋ। ਟਰੱਕਾਂ ਦਾ ਵੱਡਾ ਭੰਡਾਰ ਆ, ਨਵੇਂ ਪੁਰਾਣੇ ਟਰੱਕ ਇਹਨਾਂ ਦੇ ਕੋਲ ਮੌਜੂਦ ਨੇ। ਫਰੇਟਲਾਈਨਰ ਤੇ ਕਾਸਕੇਡੀਆ ਟਰੱਕਾਂ ਦੇ ਵਿੱਚ ਇਹ ਸਪੈਸ਼ਲਿਟੀ ਰੱਖਦੇ ਆ, ਹਰ ਤਰ੍ਹਾਂ ਦੇ ਇਹ ਪ੍ਰਾਈਸ ਆ ਉਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਨੇ। ਪੰਜਾਬੀ ਦੇ ਵਿੱਚ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ, ਕਾਲ ਕਰੋ ਸੰਧੂ ਹੁਣਾ ਨੂੰ, ਉਹਨਾਂ ਦਾ ਫੋਨ ਨੰਬਰ 8018951313, 801-895-1313। ਅਤੇ ਮਿੰਟੂ ਜੀ, ਆਪਾਂ ਜੇ ਅਗਲੀ ਗੱਲ ਕਰੀਏ ਵੀ ਹੁਕਮ ਦੇਣ ਵਾਲਿਆਂ ਦੀ ਨੱਕ ਹੇਠ ਹੀ ਵਿਕ ਰਹੀਆਂ ਨੇ ਗੁਰੂਆਂ ਦੀਆਂ ਮੂਰਤੀਆਂ। ਇਹ ਮੂਰਤੀ ਪੂਜਾ ਤੁਹਾਨੂੰ ਪਤਾ ਜੀ ਕਿ ਸਿੱਖ ਧਰਮ ਦੇ ਵਿੱਚ ਪਾਬੰਦ ਹੈ, ਨਹੀਂ ਮਰਿਆਦਾ ਦੇ ਵਿੱਚ ਨਹੀਂ ਹੈ ਜਿਹੜੀ ਮੂਰਤੀ ਪੂਜਾ। ਤੇ ਪਿੱਛੇ ਜੇ ਇਹ ਮਸਲਾ ਉੱਠਿਆ ਸੀਗਾ ਉਦੋਂ ਜਿਹੜੇ ਜਥੇਦਾਰ ਆ ਉਹਨਾਂ ਨੇ ਆਦੇਸ਼ ਦਿੱਤੇ ਸੀ, ਹੁਕਮ ਦਿੱਤੇ ਸੀ ਕਿ ਮੂਰਤੀਆਂ ਜਿਹੜੀਆਂ ਉਹਨਾਂ ਦੀ ਵਿਕਰੀ ਬੰਦ ਹੋਵੇ। ਉਸ ਸਮੇਂ ਵੀ ਬੜੀ ਵੱਡੇ ਪੱਧਰ ਤੇ ਇੱਕ ਚਰਚਾ ਚੱਲੀ ਸੀਗੀ ਕਿ ਇਹ ਮੂਰਤੀਆਂ ਬਣਾ ਕੇ ਭੇਜ ਕੌਣ ਰਿਹਾ, ਜੇਕਰ ਸਿੱਖ ਧਰਮ ਦੇ ਵਿੱਚ ਇਹਨਾਂ ਦਾ ਚੱਲਣ ਹੀ ਬੰਦ ਆ ਤਾਂ ਫਿਰ ਮੂਰਤੀਆਂ ਬਣਾ ਕੇ ਭੇਜ ਕੌਣ ਰਿਹਾ, ਵੇਚ ਕੌਣ ਰਿਹਾ। ਉਦੋਂ ਗੱਲ ਸਾਹਮਣੇ ਆਈ ਸੀ ਜੀ ਇਹ ਪਹਿਲਾਂ ਚੀਨ ਦੇ ਵਿੱਚ ਮੂਰਤੀਆਂ ਬਣਦੀਆਂ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜੀ ਭਾਰਤ ਦੇ ਵਿੱਚ ਵੀ ਰਾਜਸਥਾਨ ਮਹਾਰਾਸ਼ਟਰ ਮੇਰਠ ਇਹਨਾਂ ਜਗ੍ਹਾ ਤੇ ਬਣਦੀਆਂ ਮੂਰਤੀਆਂ ਭਾਰਤ ਚੋਂ ਬਣਾ ਕੇ ਪੰਜਾਬ ਦੇ ਵਿੱਚ ਭੇਜੀਆਂ ਜਾਂਦੀਆਂ, ਔਰ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਹੀ ਵਿਕਦੀਆਂ ਮੂਰਤੀਆਂ ਪਾਈਆਂ ਗਈਆਂ ਸੀ। ਉਦੋਂ ਕਾਫੀ ਹਾ ਹੱਲਾ ਮੱਚਿਆ
उस तो बाद जथेदार ने आदेश जारी कर दिता जी के इन्हां मूर्तियां ते पूर्ण तौर से पाबंदी लाई जाए, कोई मूर्तियां नू जिहड़ा है ਉਹ ਨਾ ਤਾਂ ਘਰ ਵਿੱਚ ਰੱਖੇਗਾ ਨਾ ਦੁਕਾਨ ਵਿੱਚ ਰੱਖ ਕੇ ਵੇਚ ਸਕੇਗਾ। ਪਰ ਕਮਾਲ ਦੀ ਗੱਲ ਇਹ ਹੈ ਕਿ ਜਿਸ ਜਥੇਦਾਰ ਨੇ ਜਿਸ ਜਗ੍ਹਾ ਤੇ ਬਹਿ ਕੇ ਇਹ ਆਦੇਸ਼ ਦਿੱਤਾ ਹੁਕਮਨਾਮਾ ਦਿੱਤਾ ਉਸੇ ਹੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਜਿਹੜੀਆਂ ਤੋਹਫਿਆਂ ਦੀਆਂ ਦੁਕਾਨਾਂ ਜਾਂ ਜਿਹੜੀਆਂ ਹੋਰ ਇਸ ਤਰ੍ਹਾਂ ਦੀਆਂ ਵਸਤੂਆਂ ਵੇਚਦੇ ਆ ਉਹਨਾਂ ਦੁਕਾਨਾਂ ਤੇ ਅੱਜ ਵੀ ਉਹ ਮੂਰਤੀਆਂ ਜਿਹੜੀਆਂ ਬੜੀ ਵੱਡੇ ਪੱਧਰ ਤੇ ਵਿਕ ਰਹੀਆਂ। ਔਰ ਉਹ ਇਹਨਾਂ ਦੁਕਾਨਾਂ ਦੀ ਤੇ ਗੱਲ ਛੱਡੋ, ਪਿੱਛੇ ਜੇ ਹਰਿਆਣੇ ਦੇ ਵਿੱਚ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸੀਗਾ ਮਨੋਹਰ ਲਾਲ ਖੱਟਰ, ਉਹਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਮੂਰਤੀ ਭੇਟ ਕਰਕੇ ਉਹਦਾ ਸਨਮਾਨ ਕੀਤਾ ਸੀਗਾ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਹੜੇ ਲੋਕ ਹੁਕਮਨਾਮੇ ਜਾਰੀ ਕਰਦੇ ਆ ਉਹ ਸਿਰਫ ਹੁਕਮਨਾਮੇ ਅਖਬਾਰੀ ਸੁਰਖੀ ਬਣ ਕੇ ਰਹਿ ਜਾਂਦੇ ਆ, ਉਹਨਾਂ ਤੇ ਕਾਰਵਾਈ ਤੇ ਕਿੰਨਾ ਕੋਈ ਅਮਲ ਹੁੰਦਾ ਇਹ ਕਦੇ ਕੋਈ ਵੇਖਦਾ ਹੀ ਨਹੀਂ। ਸੋ ਲੋੜ ਹੈ ਕਿ ਨੱਕ ਹੇਠ ਜਿਹੜੀ ਹੁਕਮ ਦੀ ਅਦੂਲੀ ਹੋ ਰਹੀ ਹੈ, ਅਕਾਲ ਤਖ਼ਤ ਤੋਂ ਜਿਹੜਾ ਹੁਕਮਨਾਮਾ ਗਿਆ ਉਹਦੀ ਜਿਹੜੀ ਨੱਕ ਹੇਠ ਅਦੂਲੀ ਹੋ ਰਹੀ ਹੈ ਉਹਨੂੰ ਰੋਕਿਆ ਜਾਵੇ। ਔਰ ਖਾਸ ਤੌਰ ਤੇ ਬੈਨ ਕੀਤੀਆਂ ਜਾਣ ਮੂਰਤੀਆਂ ਪੰਜਾਬ ਦੇ ਵਿੱਚ, ਖਾਸ ਤੌਰ ਤੇ ਜਿੱਥੇ ਅੰਮ੍ਰਿਤਸਰ ਹੈ, ਜੇ ਉੱਥੇ ਹੀ ਦਰਬਾਰ ਸਾਹਿਬ ਦੇ ਨੇੜੇ ਇਹਨਾਂ ਚੀਜ਼ਾਂ ਦੀ ਵਿਕਰੀ ਢਾਲ ਆਉਂਦੀ ਹੈ ਅਕਸਰ ਨੂੰ, ਤਾਂ ਇਹਨਾਂ ਚੀਜ਼ਾਂ ਤੇ ਖਾਸ ਤੌਰ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਮੂਰਤੀ ਪੂਜਾ ਦਾ ਜੇ ਚੱਲਣੀ ਹੈ ਨਹੀਂ ਤਾਂ ਫਿਰ ਮੂਰਤੀਆਂ ਇੱਥੇ ਭੇਜਣ ਦਾ ਟੋਕੀ ਕੀ ਬਣਦਾ, ਟੋਕੀ ਕੀ ਬਣਦਾ। ਜੀ ਬਿਲਕੁਲ ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਓਰਬਿਟ ਬੱਸਾਂ ਦੀ ਰਾਖੀ ਕਰ ਰਹੀ ਹੈ ਪੰਜਾਬ ਪੁਲਿਸ, ਬਹੁਤੀ ਹੈਰਾਨੀ ਤਾਂ ਨਹੀਂ ਹੋਈ, ਪਰ ਫਿਰ ਵੀ ਇੱਕ ਪ੍ਰਾਈਵੇਟ ਕੰਪਨੀ ਹੈ। ਓਰਬਿਟ ਬੱਸ ਕੰਪਨੀ ਹੈ ਜਿਹੜੀ ਜੀ, ਉਹ ਤੁਹਾਨੂੰ ਪਤਾ ਕਿ ਹਾਕਮਾਂ ਦੀ ਆਪਦੀ ਬੱਸ ਕੰਪਨੀ ਹੈ, ਤੇ ਇਹਦੇ ਤੇ ਤਾਂ ਜਦੋਂ ਇਹ ਵਰਕਸ਼ਾਪ ਬਣ ਰਹੀ ਸੀਗੀ ਨਾ ਬਠਿੰਡੇ ਓਰਬਿਟ ਵਾਲਿਆਂ ਦੀ ਬਾਦਲ ਬਠਿੰਡਾ ਰੋਡ ਤੇ, ਤੇ ਉਸ ਸਮੇਂ ਹਾਲੇ ਕਿ ਉਹ ਜਿਹੜੀ ਵਰਕਸ਼ਾਪ ਸੀਗੀ ਉਹ ਪੂਰੀ ਨਹੀਂ ਸੀ ਹੋਈ, ਨਿਰਮਾਣ ਅਧੀਨ ਸੀ, ਤੇ ਉਦੋਂ ਵੀ 15 ਪੁਲਿਸ ਕਰਮਚਾਰੀ ਇਹਨਾਂ ਨੇ ਲਾ ਦਿੱਤੇ ਸੀਗੇ। ਜਾਣੀ ਮਿਸਤਰੀਆਂ ਦੀ ਰਾਖੀ ਕਰੀ ਜਾਂਦੇ ਸੀ, ਉਹਦੇ ਵਿੱਚ ਬੱਸਾਂ ਤਾਂ ਹੈ ਨਹੀਂ ਸੀ, ਮਿਸਤਰੀ ਲੱਗੇ ਸੀਗੇ, ਸੀਮੈਂਟ ਬਜਰੀ ਲਾਈ ਜਾਂਦੇ ਸੀ, ਤੇ ਉਹਨਾਂ ਦੀ ਰਾਖੀ ਲਈ 15 ਬਿਠਾ ਦਿੱਤੇ ਸੀ ਇਹਨਾਂ ਨੇ। ਫਿਰ ਉਦੋਂ ਚਰਚਾ ਹੋਈ, ਕਾਫੀ ਵੱਡੇ ਪੱਧਰ ਤੇ ਆਲੋਚਨਾ ਹੋਈ ਮੀਡੀਆ ਦੇ ਵਿੱਚ, ਤੇ ਉਹ ਜਿਹੜੇ 15 ਸੁਰੱਖਿਆ ਕਰਮਚਾਰੀ ਸੀਗੇ ਵਾਪਸ ਬੁਲਾ ਲਏ ਗਏ। ਹੁਣ ਜਦੋਂ ਪੰਜਾਬ ਦੇ ਵਿੱਚ ਥੋੜਾ ਜਿਹਾ ਦਹਿਸ਼ਤ ਵਾਲਾ ਮਾਹੌਲ ਇੱਕ ਤਰ੍ਹਾਂ ਨਾਲ ਸਿਰਜਿਆ ਗਿਆ, ਉਹਦੇ ਵਿੱਚ ਹੁਣ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਜਾਂ ਜਿਹੜੇ ਵੱਡੇ ਵੱਡੇ ਅਦਾਰੇ ਆ ਉਹਨਾਂ ਦੀ ਸੁਰੱਖਿਆ ਵਧਾਈ ਗਈ ਹੈ। ਜਿਵੇਂ ਕਿ ਲਾ ਲਈਏ ਆਪਣਾ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੀਆਂ ਉਦਯੋਗ ਹੁੰਦੇ ਆ ਜਾਂ ਜਿਹੜੇ ਸੁਰੱਖਿਆ ਟਿਕਾਣੇ ਆ ਜਾਂ ਥਾਣੇ ਆ ਉਹਨਾਂ ਦੀਆਂ ਸੁਰੱਖਿਆ ਜਿਹੜੀ ਆ ਵਧਾ ਦਿੱਤੀਆਂ ਜਾਂਦੀਆਂ। ਤਾਂ ਇਸੇ ਕੜੀ ਦੇ ਤਹਿਤ ਜਿਹੜੀ ਵਰਕਸ਼ਾਪ ਹੈ ਜਿੱਥੇ ਰਾਤ ਨੂੰ ਇਹਨਾਂ ਦੀਆਂ ਬੱਸਾਂ ਖੜਦੀਆਂ ਓਰਬਿਟ ਵਾਲਿਆਂ ਦੀਆਂ, ਉੱਥੇ ਫਿਰ ਇਹਨਾਂ ਨੇ 9 ਪੁਲਿਸ ਕਰਮਚਾਰੀ ਲਾ ਦਿੱਤੇ ਗਏ ਆ। ਹੁਣ ਚਲੋ ਦੇਖੋ, ਜਿਹੜੀ ਓਰਬਿਟ ਬੱਸ ਹੈ ਇਹਨੂੰ ਤੇ ਹੁਣ ਕੀ ਖਤਰਾ ਹੋ ਸਕਦਾ, ਖਤਰਾ ਤੇ ਇਹੀ ਹੋ ਸਕਦਾ ਕਿ ਜਿਹੜੇ ਹੈ ਜਿਹੜੀ ਇਹਦੇ ਤੇ ਵਿੱਚ ਆਮਦਨ ਹੁੰਦੀ ਹੈ ਕੋਈ ਉਹ ਨਾ ਲੈ ਜਾਵੇ, ਪਰ ਰਾਤ ਨੂੰ ਆਮਦਨ ਵੀ ਨਹੀਂ ਹੋਣੀ ਇਹਦੇ ਵਿੱਚ, ਖਾਲੀ ਬੱਸਾਂ ਉਹ ਵੀ ਇੱਕ ਵਰਕਸ਼ਾਪ ਹੈ ਜਿਹੜਾ ਕਿਲ੍ਹਾ ਨੁਮਾ ਵਰਕਸ਼ਾਪ ਹੈ ਇਹਨਾਂ ਦੀ, ਉਹਦੇ ਚ ਖੜਦੀਆਂ, ਉਹਦੇ ਲਈ ਵੀ ਪੰਜਾਬ ਪੁਲਿਸ ਤੈਨਾਤ ਕੀਤੀ ਗਈ, ਤੇ 15 ਲੱਖ ਰੁਪਇਆ ਮਹੀਨੇ ਦਾ ਜਿਹੜਾ ਖਰਚਾ ਹੈ ਉਹ ਸਰਕਾਰੀ ਖਜ਼ਾਨੇ ਚੋਂ ਜਾ ਰਿਹਾ। ਪਰ ਚਲੋ ਠੀਕ ਆ ਕਿ ਹੋ ਸਕਦਾ ਕਿ ਇੱਥੇ ਵੀ ਕੋਈ ਆਸ਼ੰਕਾ ਹੋਵੇ, ਕੋਈ ਸ਼ੱਕ ਹੋਵੇ ਕਿ ਇੱਥੇ ਵੀ ਕੋਈ ਕਾਰਵਾਈ ਹੋ ਸਕਦੀ ਹੈ, ਠੀਕ ਹੈ। ਪਰ ਬਠਿੰਡੇ ਦੇ ਵਿੱਚ ਹੀ ਇੱਕ ਥਰਮਲ ਪਲਾਂਟ ਹੈ ਬਹੁਤ ਵੱਡਾ, ਗੁਰੂ ਨਾਨਕ ਦੇਵ ਥਰਮਲ ਪਲਾਂਟ, ਉਹਦੀ ਸੁਰੱਖਿਆ ਕਿਸੇ ਕੋਲ ਵੀ ਨਹੀਂ, ਪੁਲਿਸ ਦਾ ਉੱਥੇ ਇੱਕ ਵੀ ਬੰਦਾ ਨਹੀਂ ਹੈਗਾ, ਉੱਥੇ ਪ੍ਰਾਈਵੇਟ ਗਾਰਡ ਲੱਗੇ ਹੋਏ। ਰਿਫਾਇਨਰੀ ਹੈ ਬਹੁਤ ਤਗੜੀ, ਮੈਨੂੰ ਲੱਗਦਾ ਏਸ਼ੀਆ ਦੀ ਸਭ ਤੋਂ ਤਗੜੀ ਰਿਫਾਇਨਰੀ ਹੋਣੀ ਹੈ ਉੱਥੇ, ਬਹੁਤ ਵੱਡੀ ਰਿਫਾਇਨਰੀ ਹੈ ਬਠਿੰਡੇ ਦੇ ਵਿੱਚ, ਉਹਦਾ ਇੱਕ ਵੀ ਉੱਥੇ ਇਹਨਾਂ ਨੇ ਹੋਮ ਗਾਰਡੀਆ ਵੀ ਨਹੀਂ ਲਾਇਆ, ਉੱਥੇ ਜਿਹੜੇ ਆ ਪੈਟਰੋ ਦੇ ਜਾਂ ਜਿਹੜੇ ਹੋਰ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਦੇ ਗਾਰਡ ਸੁਰੱਖਿਆ ਕਰ ਰਹੇ ਆ। ਸੋ ਓਰਬਿਟ ਜਿਹੜੀ VIP ਕੰਪਨੀ ਹੈ ਉਹਦੇ ਲਈ ਸੁਰੱਖਿਆ ਜਿਹੜੀ ਦੇਣੀ ਜ਼ਰੂਰੀ ਹੈ, ਪਰ ਜਿਹੜੇ ਏਡੇ ਵੱਡੇ ਤੇ ਨਾਜ਼ੁਕ ਅਦਾਰੇ ਆ ਉਹਨਾਂ ਲਈ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ। ਇਹ ਆਪਣੇ ਆਪ ਦੇ ਵਿੱਚ ਸਵਾਲ ਆ ਕਿ ਜੇਕਰ ਬੱਸਾਂ ਦੀ ਪੁਲਿਸ ਲੋੜੀਦੀ ਹੈ ਤਾਂ ਫਿਰ ਜਿਹੜਾ ਤਾਪ ਘਰ ਆ ਜਾਂ ਰਿਫਾਇਨਰੀ ਹੈ ਜਾਂ ਜਿਹੜੇ ਹੋਰ ਨਾਜ਼ੁਕ ਟਿਕਾਣੇ ਆ ਉਹਨਾਂ ਦੀ ਸੁਰੱਖਿਆ ਕਿਉਂ ਨਹੀਂ? ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਆ, ਸ਼ਾਇਦ ਇਸ ਸਵਾਲ ਦਾ ਜਵਾਬ ਲੱਭਦੇ ਲੱਭਦੇ ਅਸੀਂ ਥੱਕ ਜਾਵਾਂਗੇ, ਹਾਲ ਦੀ ਘੜੀ ਮਿਲਦਾ ਨਜ਼ਰ ਨਹੀਂ ਆਉਂਦਾ। ਜੀ ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਮੁਆਵਜ਼ਾ ਵੰਡਣ ਆਏ ਸੀ ਅਧਿਕਾਰੀ, ਪਿੰਡ ਵਾਲਿਆਂ ਨੇ ਬੰਦੀ ਬਣਾ ਲਿਆ। ਦੇਖੋ ਜੀ, 50-50 ਰੁਪਇਆਂ ਦਾ ਜੇ ਚੈੱਕ ਲੈ ਕੇ ਆਉਣਗੇ ਤੇ ਅਗਲੇ ਫਿਰ ਇਹਨਾਂ ਨੂੰ ਬੰਦੀ ਬਣਾਉਣਗੇ, ਹੁਣ ਉਹਨਾਂ ਦੇ ਗੱਲ ਚ ਹਾਰ ਥੋੜੀ ਪਾਉਣਗੇ। 50-50 ਰੁਪਇਆਂ ਦੇ ਚੈੱਕ ਲੈ ਕੇ ਆ ਗਏ ਰਾਮਾ ਮੰਡੀ ਹੈ ਜੀ, ਉਹ ਵੀ ਅੰਮ੍ਰਿਤਸਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਰਾਮਾ ਮੰਡੀ, ਤੇ ਉਹਦਾ ਪਿੰਡ ਆ ਇੱਕ, ਉੱਥੇ ਗਏ ਸੀਗੇ ਜਿਹੜੇ ਅਧਿਕਾਰੀ ਚੈੱਕ ਲੈ ਕੇ। 50-50 ਰੁਪਈਆਂ ਦੇ ਚੈੱਕ ਸੀਗੇ, ਜਦੋਂ ਉਹਨਾਂ ਨੇ 50-50 ਰੁਪਏ ਦੇ ਚੈੱਕ ਵੇਖੇ ਕਿਸਾਨਾਂ ਨੇ, ਤੇ ਉਹਨਾਂ ਦਾ ਗੁੱਸਾ ਜਿਹੜਾ ਉਬਾਲਾ ਖਾ ਗਿਆ, ਉਹਨਾਂ ਨੇ ਫਿਰ ਇਹਨਾਂ ਨੂੰ
बंदी बना लिया। ग्याना पिंड है जिहड़ा रामा मंडी के नेड़े, उत्थों भी एक घटना है कि 50-50 रुपए के चैक तुसी आप ही हिसाब ला लो हुण की उहदे नाल नहाउणा की है ते निचोड़ना की है 50 रुपयां दे विच, क्योंकि बैंक खाता खुलवाउण जाइए ते घट्टो घट 1000 रुपया जिहड़ा बैंक खाता खुलवाउण ते लग जांदा, 50 रुपए का चैक बंदा की करेगा। ते इह 50 रुपयां दे चैक दी जिहड़ी असलीयत है उह इह है कि केंद्र सरकार ने पिछली अप्रैल दे विच एक आदेश, लिखती आदेश पंजाब सरकार नूं दित्ता सी कि 1000 रुपए तो घट, घट्टो घट 1000 रुपए तो घट जिहड़ा चैक है उह किसान नूं ना दिता जावे, पर केंद्र दे हुक्मां दी भी कोई परवाह नहीं है। इत्थे 50-50 रुपए दे चैक जिहड़े उह वंडे जा रहे आ, साडे इधर दोदा एरिया है उत्थे तो पिछली बारी 10-10 रुपए दे चैक आ गए सी किसानां दे। सो इह अपने आप दे विच शर्म दित्ती जा रही है किसानां नूं, क्योंकि देखो जेकर किसान दा मन लो चार मरले नरमा भी खराब होया तो वह 50 रुपए से ओदा मैनू लगता कि एक तरह नाल कह लिए एक इंच भोए दे विच खर्चा आ जाता होगा 50 रुपए, पर वह जिहड़ा वह 50 रुपए का चैक दे के उनू होर शर्मिंदा किया जाता, जख्मां ते लोन भुगतण वाली गल है। हुण जिहड़ा मुआवजे आ उहदी हकीकत यह है कि पिछले पिछले जे सीजन दे विच पिछले सीजन दे विच कणक दा सीजन सीगा जो उदो ऐसे साडे इलाके दे विच काफी कणक खराब हो गई, काफी लोगों का नुकसान होया, ते वह मुआवजा जिहड़ा ऐतकी आ रहा है कल पता लग्या जी के एक पिंड है जथेदार दा पिंड है 210 किलियां दा मुआवजा आया, ते उहने उत्थे आपदे घरे ही बैठे ने आख दिता कि 140 किले तां मेरे पा लो, बाकी सारे पिंड च जिहड़ा वंडना माड़ा मोटा वंड लो, आपदा हिसाब किताब ला लो। हुण मुआवजा नीति इत्थे इहो जिहा कम करदी है तां फिर जिहो जिहा कम करदी है उहो जिहा अगों फल मिलना। हाँ ये ठीक है जिथे अधिकारियां नूं बंदी बनाया जां इस तरह कानून हाथ च लिया गल जिहड़ी है उह गलत बनदी है, उह सही नहीं है, पर करन भी की किसान करन की, इक ते उह लुटे गए मारे गए उत्तों इहो जे मजाक जिहड़े आ उह सरकार करे ते फिर गुस्सा आउणा भी सुभाविक है। इह सरकार नूं वेखणा चाहीदा कि 50 रुपए दा चैक है जिहड़ा उह ते किसान दे नाल बहुत वड्डा कोझा मजाक है, क्योंकि 50 रुपए लैके जे डाक्टर कोल भी जाइए ते उह भी कहिंदा कि नहीं घट्टो घट 100 रुपए की पर्ची कटाओ फिर कोई टीका टपला जिहड़ा लवाउणा होया ਜੀ ਜੀ ਬਿਲਕੁਲ ਜੀ ਇਹਨੇ ਤਾਂ ਮੈਨੂੰ ਲੱਗਦਾ ਬੱਸ ਦਾ ਭਾੜਾ ਹੀ ਆ ਕਿਰਾਇਆ ਹੀ ਇੰਨਾ ਕੀ ਲੱਗ ਜਾਂਦਾ ਕਿਤੇ ਵੀ ਜਾਣਾ ਹੋਵੇ ਤਾਂ ਅਤੇ ਅਗਲੀ ਗੱਲ ਕਰੀਏ ਅਰਵਿੰਦ ਕੇਜਰੀਵਾਲ ਦਾ ਪੰਜਾਬੀਆਂ ਨੂੰ ਮੈਸੇਜ ਵੀ ਰਿਓੜੀਓ ਲੈ ਕੇ ਆਇਓ ਜੀ ਮੁਕਤਸਰ ਸਾਹਿਬ ਇਹ ਸ਼ਾਇਦ ਰਿਸ਼ਤਿਆਂ ਚ ਮਠਾਸ ਭਰਨ ਲਈ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਕਿ ਮੁਕਤਸਰ ਆਇਓ ਤੇ ਨਾਲ ਰਿਓੜੀਆਂ ਲੈ ਆਇਓ, ਰਿਓੜੀਆਂ ਮੈਨੂੰ ਬੜੀਆਂ ਪਸੰਦ ਆ। ਇਹ ਮੈਸੇਜ ਆ ਜੀ ਅੱਜ ਕੱਲ ਜਿਹੜਾ ਹਰੇਕ ਪੰਜਾਬੀ ਦੇ ਤਕਰੀਬਨ ਇਹ ਮੋਬਾਈਲ ਤੇ ਮੈਸੇਜ ਜਿਹੜਾ ਗੂੰਜ ਰਿਹਾ ਉਹ ਮੈਸੇਜ ਆਉਂਦਾ ਜੀ ਜਦੋਂ ਕਲਿੱਕ ਕਰੀਏ ਤੇ ਅਰਵਿੰਦ ਕੇਜਰੀਵਾਲ ਜੀ ਬੋਲਦੇ ਆ ਕਿ ਜਿਵੇਂ ਉਹਨਾਂ ਦਾ ਅੰਦਾਜ਼ ਆ ਕਿ ਮੈਂ ਅਰਵਿੰਦ ਕੇਜਰੀਵਾਲ ਬੋਲ ਰਿਹਾ ਹਾਂ, ਮੈਂ 14 ਤਰੀਕ ਨੂੰ 11 ਵਜੇ ਮੁਕਤਸਰ ਸਾਹਿਬ ਮਾਘੀ ਮੇਲੇ ਤੇ ਆ ਰਿਹਾ, ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਹਾਂ ਇੱਕ ਹੋਰ ਗੱਲ, ਮੈਨੂੰ ਰਿਓੜੀ ਬਹੁਤ ਪਸੰਦ ਹੈ, ਤੁਸੀਂ ਨਾਲ ਲੈ ਕੇ ਆਉਣਾ, ਇਕੱਠੇ ਬੈਠ ਕੇ ਖਾਵਾਂਗੇ ਨਾਲੇ ਗੱਲਾਂ ਕਰਾਂਗੇ। ਸੋ ਇਹ ਮੈਸੇਜ ਹੈ ਜਿਵੇਂ ਉਹਨਾਂ ਦਾ ਆਪਣਾ ਅੰਦਾਜ਼ ਹੈ ਪੰਜਾਬੀ ਦੇ ਵਿੱਚ ਸ਼ੁੱਧ ਪੰਜਾਬੀ 'ਚ ਉਹ ਮੈਸੇਜ ਆਉਂਦਾ ਹੈ। ਸੋ ਅਪੀਲ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਤੁਸੀਂ 14 ਤਰੀਕ ਨੂੰ ਉੱਥੇ ਆਓ ਤੇ ਆ ਕੇ ਨਾਲੇ ਰਿਓੜੀਆਂ ਖਾਵਾਂਗੇ, ਰਿਸ਼ਤੇ ਮਿੱਠੇ ਬਣਾਵਾਂਗੇ ਤੇ ਨਾਲੇ ਗੱਲਾਂ ਬਾਤਾਂ ਕਰਾਂਗੇ। ਹੁਣ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਪੱਧਰ ਤੇ ਵਰਕ ਕੀਤਾ ਜੀ ਇਸ ਅਰਵਿੰਦ ਕੇਜਰੀਵਾਲ ਦੀ ਫੇਰੀ ਨੂੰ ਜਿਹੜਾ ਕਾਮਯਾਬ ਕਰਨ ਲਈ। ਅੱਜ ਉਹ ਇੱਥੇ ਪਹੁੰਚ ਰਹੇ ਨੇ, ਪਹਿਲਾਂ ਉਹ ਗੁਰਦਾਸਪੁਰ ਜਾਣਗੇ, ਸ਼ਹੀਦਾਂ ਦੇ ਜਿਹੜੇ ਉਸ ਹਮਲੇ ਦੇ ਵਿੱਚ ਸ਼ਹੀਦ ਪਰਿਵਾਰ ਜਿਹੜੇ ਪੀੜਤ ਪਰਿਵਾਰ ਉਹਨਾਂ ਨੂੰ ਮਿਲਣਗੇ, ਕੱਲ ਨੂੰ ਉਹ ਮੁਕਤਸਰ ਆਉਣਗੇ, ਮੁਕਤਸਰ ਆ ਕੇ ਫਿਰ ਇੱਕ ਮੁੱਢ ਬੰਨ ਜਾਣਗੇ ਜਿਹੜੀ ਸਿਆਸੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਲਈ, ਉਸ ਲੜਾਈ ਦਾ ਕੱਲ ਬਿਗਲ ਵਜਾ ਜਾਣਗੇ ਤੇ ਇਹ ਵੀ ਅੰਦਾਜ਼ਾ ਕਿਆਫਾ ਲਾਇਆ ਜਾ ਸਕਦਾ ਕਿ ਕੱਲ ਨੂੰ ਕੋਈ ਨਾ ਕੋਈ ਸ਼ਮੂਲੀਅਤ ਵੱਡੀ ਵੀ ਹੋ ਸਕਦੀ ਹੈ ਪਾਰਟੀ ਦੇ ਵਿੱਚ ਉਸ ਮੰਚ ਤੋਂ। ਦੂਜੇ ਪਾਸੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਵਿੱਢੀ ਹੋਈ ਹੈ, ਬੜੀ ਜ਼ੋਰਦਾਰ ਉਹਨਾਂ ਨੇ ਪ੍ਰਚਾਰ ਮੁਹਿੰਮ ਵਿੱਢੀ ਹੈ। ਮੈਂ ਤਾਂ ਹੈਰਾਨ ਹੈ ਜੀ ਕਿ ਕਿਸੇ ਵੀ ਅੱਜ ਤੱਕ ਰਵਾਇਤੀ ਦਲ ਨੇ ਇੰਨੀ ਮਿਹਨਤ ਨਹੀਂ ਕੀਤੀ ਇਕੱਠ ਕਰਨ ਲਈ। ਕੱਲ ਭਗਵੰਤ ਮਾਨ ਸਾਰਾ ਦਿਨ ਇਸ ਇਲਾਕੇ 'ਚ ਰਹੇ, ਮੁਕਤਸਰ ਇਲਾਕੇ 'ਚ, ਫਾਜ਼ਿਲਕਾ ਇਲਾਕੇ 'ਚ ਰਹੇ, ਸੁਖਪਾਲ ਸਿੰਘ ਖਹਿਰਾ ਉਹ ਵੀ ਇੱਥੇ ਨੇ, ਸਾਰੀ ਟੀਮ ਜਾਣੀ ਮਾਲਵੇ ਦੇ ਵਿੱਚ ਘੁੰਮ ਰਹੀ ਹੈ, ਲੋਕਾਂ ਨੂੰ ਜਾ ਕੇ ਦੱਸ ਰਹੇ ਆ ਕਿ ਤੁਸੀਂ ਆਓ ਸਾਡੇ ਨਾਲ ਇੱਕ ਵਾਰੀ ਸਾਂਝ ਪਾਓ, ਸਾਡਾ ਏਜੰਡਾ ਸੁਣੋ।
ਸੋ ਇੱਕ ਬਹੁਤ ਵੱਡੀ ਮਿਹਨਤ ਕੀਤੀ ਇਹਨਾਂ ਨੇ, ਡੋਰ ਟੂ ਡੋਰ ਜਾ ਕੇ ਪਿੰਡਾਂ ਚ ਜਾ ਕੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕਿ ਸਾਡੀ ਮੀਟਿੰਗ ਦੇ ਆ, ਸਾਡੀ ਕਾਨਫਰੰਸ ਦੇ ਵਿੱਚ ਆਓ। ਹੁਣ ਲੋਕ ਕਿਸ ਤਰ੍ਹਾਂ ਦਾ ਅੱਗੋਂ ਹੁੰਗਾਰਾ ਦਿੰਦੇ, ਤੇ ਕੱਲ ਹੈ ਜਿਹੜਾ ਉੱਥੇ ਸਾਫ਼ ਹੋਏਗਾ ਮੁਕਤਸਰ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਇਕੱਠ ਇਹਨਾਂ ਦਾ ਰਹਿੰਦਾ, ਪਰ ਮਿਹਨਤ ਵੱਲੋਂ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਕੱਲ ਇਹਨਾਂ ਦਾ ਜਸਵੀਰ ਸਿੰਘ ਵੀਰ ਹੈ ਜਿਹੜੇ ਸਾਬਕਾ IAS, ਉਹ ਵੀ ਸ਼ਾਮਿਲ ਹੋ ਗਏ ਇਹਨਾਂ ਦੇ ਵਿੱਚ। ਮਿਹਨਤ ਵੀ ਚੰਗੀ ਹੈ, ਸੋ ਰਿਸਪੋਂਸ ਤਾਂ ਹਾਲੇ ਤੱਕ ਚੰਗਾ, ਪਰ ਕੱਲ ਨੂੰ ਪਤਾ ਲੱਗੇਗਾ ਕਿ ਕਿੰਨਾ ਕੁ ਇਕੱਠ ਕਰ ਪਾਉਂਦੇ ਆ। ਜੀ 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 ਬਿਲਕੁਲ, ਇਹ ਤਾਂ ਕੱਲ੍ਹ ਦਾ ਸਮਾਂ ਹੀ ਦੱਸੇਗਾ। ਅਤੇ ਆਪਾਂ ਜੇ ਅਗਲੀ ਗੱਲ ਕਰੀਏ ਇਸੇ ਚੀਜ਼ ਦੇ ਨਾਲ, ਜਿੱਥੇ ਬੈਂਸ ਭਰਾਵਾਂ ਨੇ ਪਹਿਲਾਂ ਮਨਾ ਕਰ ਦਿੱਤਾ ਸੀ, ਇੱਕ ਵਾਰੀ ਫਿਰ ਕਿਆਸਰਾਈਆਂ ਤੇਜ਼ ਨੇ ਵੀ ਇਹ ਆਪ ਦਾ ਪੱਲਾ ਫੜ ਸਕਦੇ ਨੇ। ਹਾਂਜੀ, ਮਨਪ੍ਰੀਤ ਬਾਦਲ ਦਾ ਕੰਮ ਥੋੜਾ ਜਿਹਾ ਢਿੱਲਾ ਲੱਗਦਾ, ਉਹ ਮੈਨੂੰ ਨੀ ਜਾਪਦਾ ਕਿ ਉਹ ਇੱਧਰ ਆਉਣਗੇ, ਪਰ ਬੈਂਸ ਬ੍ਰਦਰਸ ਦਾ ਜਿਹੜਾ ਰੁੱਖ ਹੈ ਉਹ ਆਮ ਆਦਮੀ ਪਾਰਟੀ ਪ੍ਰਤੀ ਨਰਮ ਹੈ। ਵਿੱਚੋਂ ਜੇ ਉਹਨਾਂ ਨੇ ਇੱਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਗੱਲ ਕਹੀ ਸੀ ਕਿ ਸ਼ਾਇਦ ਕਮੈਂਟ ਕੀਤਾ ਸੀਗਾ ਕਿਸੇ ਨੇਤਾ ਕੀਤਾ, ਆਮ ਆਦਮੀ ਏਦਾਂ ਲੱਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਉਹਨਾਂ ਨੇ ਟੌਂਟ ਮਾਰੀ ਹੈ, ਪਰ ਬਾਅਦ ਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਸੀ ਕਿ ਨਹੀਂ, ਇਹ ਮੈਂ ਦੂਸਰੇ ਲੋਟੂ ਟੋਲੇ ਲਈ ਇਹ ਮੈਂ ਸ਼ਬਦ ਵਰਤਿਆ, ਨਾ ਕਿ ਆਮ ਆਦਮੀ ਪਾਰਟੀ ਦੀ। ਉਹ ਬੰਦੇ ਜਿਹੜੇ ਆ ਸਾਫ਼ ਸੁਥਰੀ ਲੜਾਈ ਲੜ ਰਹੇ, ਤਾਂ ਉੱਥੋਂ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਬਕਾਇਦਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਆਪਦੇ ਬਿਆਨ ਤੋਂ ਬਾਅਦ, ਉਹ ਇਹੀ ਸੰਕੇਤ ਦਿੰਦਾ ਕਿ ਜਿਹੜਾ ਉਹਨਾਂ ਦਾ ਰੁੱਖ ਹੈ ਆਮ ਆਦਮੀ ਪਾਰਟੀ ਪ੍ਰਤੀ ਉਲਾਰਵਾਦੀ ਹੈ, ਉਹ ਉਲਰ ਸਕਦੇ ਆ। ਤਾਂ ਹੁਣ ਜਿਹੜੇ ਅੰਦਾਜ਼ੇ ਕਿਆ ਪਿਆ ਉਹ ਇਹੀ ਹੈ ਕਿ ਬੈਂਸ ਬ੍ਰਦਰ ਹੋ ਸਕਦਾ ਕਿ ਇਹਨਾਂ ਦੇ ਵਿੱਚ ਸ਼ਾਮਿਲ ਹੋ ਜਾਣ, ਪਰ ਨਾਲ ਦੀ ਨਾਲ ਇਹ ਵੀ ਹੈ ਕਿ ਉਹ ਆਪਣੀ ਜਿਹੜੀ ਟੀਮ ਇਨਸਾਫ ਹੈ ਉਹਦਾ ਜਥੇਬੰਧਕ ਢਾਂਚਾ ਵੀ ਜਿਹੜਾ ਉਹ ਵੀ ਮਜ਼ਬੂਤ ਕਰਨ 'ਚ ਲੱਗੇ ਹੋਏ ਆ। ਸੋ ਇਹ ਹੁਣ ਅੰਦਾਜ਼ਾ ਹੀ ਹੈ, ਹੋ ਸਕਦਾ ਕਿ ਕੱਲ੍ਹ ਪਰਸੋਂ ਜਦੋਂ ਇੱਥੇ ਹੋਏਗੀ ਕਾਨਫਰੰਸ ਮੁਕਤਸਰ ਦੇ ਵਿੱਚ ਇਹੋ ਜਿਹਾ ਕੁਛ ਐਲਾਨ ਜਿਹੜਾ ਸੁਣਨ ਨੂੰ ਮਿਲ ਜਾਵੇ। ਜੀ ਜੀ, ਤਾਂ ਅਗਲੀ ਗੱਲ ਕਰੀਏ ਵੀ ਸਰਬੱਤ ਖਾਲਸੇ ਦੇ ਵਿੱਚ ਜਿਹੜੇ ਬਾਹਰੋਂ ਗਏ ਨੇ ਲੋਕ ਪ੍ਰਵਾਸੀ ਭਾਰਤੀ, ਭੁਪਿੰਦਰ ਸਿੰਘ ਚੀਮਾ ਜੋ ਕਿ ਬੇਰੀਏ ਤੋਂ ਇਹਨੇ ਇੱਥੋਂ ਹੀ ਨੇ, ਉਹਨਾਂ ਨੇ ਬਾਦਲ ਸਰਕਾਰ ਤੇ ਪ੍ਰਵਾਸੀਆਂ ਨੂੰ ਖੱਜਲ ਖੁਆਰ ਕਰਨ ਦੇ ਦੋਸ਼ ਲਾਏ। ਬਿਲਕੁਲ ਜੀ, ਭੁਪਿੰਦਰ ਸਿੰਘ ਚੀਮਾ ਖਾਸੇ ਖੱਜਲ ਖੁਆਰ ਹੋ ਰਹੇ ਨੇ, ਔਰ ਸਰਬੱਤ ਖਾਲਸਾ ਦੇ ਵਿੱਚ ਉਹਨਾਂ ਨੇ ਇੱਕ ਸਿੱਖ ਦੇ ਤੌਰ ਤੇ ਭਾਗ ਲੈ ਕੇ ਪਤਾ ਨੀ ਕੀ ਗੁਨਾਹ ਕਰ ਲਿਆ ਕਿ ਉਹਨਾਂ ਨੂੰ ਏਡੀ ਵੱਡੀ ਸਜ਼ਾ ਦਿੱਤੀ ਜਾ ਰਹੀ ਹੈ। ਹੁਣ ਉਹ ਜੇਲ੍ਹ ਦੇ ਵਿੱਚ ਨੇ, ਪਹਿਲਾਂ 751 ਦਾ ਕੇਸ ਪਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ, ਜਿਹੜੀ ਬੜੀ ਮਾਮੂਲੀ ਧਾਰਾ ਹੈ ਕਹਿਣ ਨੂੰ 751। ਇੱਥੇ ਪਿੰਡਾਂ ਦੇ ਵਿੱਚ ਆਮ ਹੀ ਕਹਿ ਦਿੰਦੇ ਆ ਜੀ ਕਿ ਫਲਾਣੇ ਨਾਲ 751 ਹੋ ਗਈ ਤੇ ਉਹ SDM ਤੋਂ ਜ਼ਮਾਨਤ ਲੈ ਆਉਂਦੇ, ਪਰ ਇਹਨਾਂ ਦੀ ਜ਼ਮਾਨਤ ਹੈ ਜਿਹੜੀ ਉਹ ਨਹੀਂ ਲਈ ਗਈ। ਜੇਲ੍ਹ ਦੇ ਵਿੱਚ ਹੀ ਬੈਠਿਆਂ ਤੇ ਇਹਨਾਂ ਤੇ ਦੇਸ਼ ਧਰੋਹੀ ਦਾ ਕੇਸ ਬਣਾ ਦਿੱਤਾ ਗਿਆ। ਫਿਰ ਜਦੋਂ 8 ਤਰੀਕ ਨੂੰ ਹਾਈਕੋਰਟ ਨੇ ਜ਼ਮਾਨਤ ਲੈ ਲਈ, ਗੁਰਦਾਸਪੁਰ ਜੇਲ੍ਹ 'ਚ ਜਦੋਂ ਰਿਹਾਅ ਹੋਣ ਲੱਗੇ ਤੇ ਨਾਲ ਦੀ ਨਾਲ ਇੱਕ ਕੇਸ ਹੋਰ ਰਜਿਸਟਰਡ ਕਰ ਦਿੱਤਾ ਗਿਆ। ਹੁਣ ਦੇਖੋ ਇੱਥੇ ਇਹ ਗੱਲ ਜਿਹੜੀ ਹੈ ਸਵਾਲ ਬਣਦੀ ਹੈ ਕਿ ਜੇਕਰ ਪੁਲਿਸ ਰਿਕਾਰਡ ਦੇ ਵਿੱਚ ਕੋਈ ਭੁਪਿੰਦਰ ਸਿੰਘ ਚੀਮਾ ਤੇ ਕੋਈ ਹੋਰ ਕੇਸ ਸੀ ਤਾਂ ਹਾਈਕੋਰਟ ਦੇ ਵਿੱਚ ਜਦੋਂ ਜ਼ਮਾਨਤ ਦੀ ਸੁਣਵਾਈ ਹੋਈ ਉਹ ਕੇਸ ਨਾਲ ਕਿਉਂ ਨਹੀਂ ਲਾਇਆ ਗਿਆ ਕਿ ਇਸ ਕੇਸ ਹੋਰ ਹੈ, ਤੁਸੀਂ ਜ਼ਮਾਨਤ ਜੇ ਦੇਣੀ ਹੈ ਤਾਂ ਇਹ ਕੇਸ ਵਿਚਾਰ ਕੇ ਦਿੱਤਾ ਜਾਵੇ। ਪਰ ਜਦੋਂ ਰਿਹਾਈ ਹੋਣ ਲੱਗੀ ਐਨ ਮੌਕੇ ਤੇ ਗੁਰਦਾਸਪੁਰ ਪੁਲਿਸ ਨੇ ਕੇਸ ਪਾ ਦਿੱਤਾ। ਹੁਣ ਕੇਸ ਪਾਇਆ ਵੀ ਕੀ, ਕੇਸ ਇਹ ਪਾਇਆ ਜੀ ਕਿ ਇਹ ਸਾਨੂੰ ਪਨਾਹ ਦਿੰਦਾ ਸੀਗਾ, ਚੋਰਾਂ ਨੂੰ ਪਨਾਹ ਦਿੰਦਾ ਸੀ। ਹੁਣ ਦੇਖੋ ਜਿਹੜਾ ਬੰਦਾ ਇੱਕ ਸਾਲ ਦੇ ਵਿੱਚ ਕੋਈ 70-80 ਲੱਖ ਰੁਪਏ ਦੀ ਕਮਾਈ ਕਰਦਾ, ਉਹ ਪੰਜਾਬ ਦੇ ਵਿੱਚ ਜਿਹੜੇ 20-50 ਦੀਆਂ ਚੋਰੀਆਂ ਕਰਦੇ ਫਿਰਦੇ ਉਹਨਾਂ ਦਾ ਪਨਾਹਗਾਰ ਬਣੇਗਾ। ਸੋ ਆਪਣੇ ਆਪ ਦੇ ਵਿੱਚ ਹਾਸੋਹੀਣੀ ਕਰ ਰਹੀ ਹੈ ਪੁਲਿਸ ਦੀ, ਪੁਲਿਸ ਦੀਆਂ ਕਾਰਵਾਈਆਂ ਤੇ ਵੈਸੇ ਵੀ ਹਾਸੋਹੀਣੀਆਂ ਹੁੰਦੀਆਂ। ਇਹਨਾਂ ਨੇ ਤਾਂ ਸੁਖਪਾਲ ਖਹਿਰਾ ਤੇ ਤਰਪਾਲ ਚੋਰੀ ਦਾ ਕੇਸ ਪਾ ਦਿੱਤਾ ਸੀਗਾ, ਉਹੀ ਚੀਜ਼ ਜਿਹੜੀ ਭੁਪਿੰਦਰ ਸਿੰਘ ਚੀਮਾ ਦੇ ਨਾਲ ਹੋ ਰਹੀ ਹੈ। ਪਰ ਇਹ ਸਵਾਲ ਬਣਦਾ ਕਿ ਇਹ ਤਾਂ ਸਿੱਧੇ ਤੌਰ ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਕਿ ਪਹਿਲਾਂ ਉੱਥੇ ਕੇਸ ਲਾਇਆ ਨੀ ਗਿਆ, ਜਦੋਂ ਜ਼ਮਾਨਤ ਮਿਲੀ ਐਨ ਮੌਕੇ ਤੇ ਜਦੋਂ ਡਿਊਟੀ ਚੋਂ ਨਿਕਲੇ ਤੇ ਉਹਨਾਂ ਨੂੰ ਚੁੱਕ ਲਿਆ ਗਿਆ। ਇਹ ਤੇ ਉਸ ਸਮੇਂ ਦੀ ਯਾਦ ਤਾਜ਼ਾ ਕਰਵਾਉਂਦੀ ਹੈ ਜੀ, ਜਦੋਂ ਅਸੀਂ ਸੁਣਦੇ ਹੁੰਦੇ ਸੀ, ਪੜ੍ਹਦੇ ਹੁੰਦੇ ਸੀਗੇ ਕਿ ਜਦੋਂ ਕੋਈ ਖਾੜਕੂਵਾਦ ਦੇ ਦੌਰ ਦੇ ਵਿੱਚ ਜਦੋਂ ਕੋਈ ਬੰਦਾ ਨਿਕਲਦਾ ਸੀ ਜੇਲ੍ਹ ਦੇ ਵਿੱਚੋਂ ਜਾਂ ਕੋਈ ਖਾੜਕੂਆਂ ਦਾ ਰਿਸ਼ਤੇਦਾਰ ਸੰਬੰਧੀ ਨਿਕਲਦਾ ਸੀ ਤੇ ਉਹਨੂੰ ਬਾਹਰੋਂ ਚੱਕ ਲਿਆ ਜਾਂਦਾ ਸੀ, ਪਰ ਉਹ ਦੌਰ ਮੈਨੂੰ ਲੱਗਦਾ ਕਿ ਖਤਮ ਨਹੀਂ ਹੋਇਆ। ਹਾਂ, ਕੁਰਸੀਆਂ ਤੇ ਬੈਠੇ ਜਿਹੜੇ ਸਰੀਰ ਆ ਉਹ ਬਦਲ ਗਏ, ਕੁਰਸੀਆਂ ਤੇ ਕੁਰਸੀਆਂ ਦੇ ਕੰਮ ਉਹੀ ਤੁਰੇ ਆਉਂਦੇ ਨੇ। ਬਿਲਕੁਲ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰੂਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਵਿਸਥਾਰ ਦੇ ਵਿੱਚ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਇਹ ਸਨ ਮਿੰਟੂ ਗੁਰੂਸਰੀਆ ਜੀ ਜੋ ਕਿ ਸਾਡੇ ਨਾਲ ਜੁੜਦੇ ਨੇ ਰੋਜ਼ਾਨਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਹ ਸਾਡਾ ਸਾਥ ਦਿੰਦੇ ਨੇ ਬਲਤੇਜ ਪੰਨੂ ਜੀ ਦੀ ਗੈਰ ਹਾਜ਼ਰੀ ਦੇ ਵਿੱਚ। ਤੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਅੱਜ ਨਵਾਂ 30 ਮਰਖਾ ਹੁਣਾਂ ਦਾ ਲਿਖਿਆ ਹੋਇਆ
ਮੁਕਤਸਰ ਵੱਲ ਨੂੰ ਦੌੜਦੇ ਜਾਣੇ ਆਗੂ ਮੇਲਾ ਵੇਖਣਾ ਹੀ ਨਹੀਂ ਉਹ ਚਾ ਮੀਆਂ ਜਿੱਥੇ ਸੰਗਤ ਸ਼ਰਧਾਂਜਲੀ ਦੇਣ ਆਉਣਾ ਇਹਨਾਂ ਭਾਸ਼ਣਾਂ ਦੀ ਲਾਉਣੀ ਵਾਹ ਮੀਆਂ ਰਾਜਨੀਤੀ ਲਈ ਉੱਡੀ ਜਦ ਖੇ ਉੱਥੇ ਲੋਕ ਲੱਭਣਗੇ ਭੱਜਣ ਦਾ ਰਾਹ ਮੀਆਂ ਦੂਸ਼ਣਬਾਜ਼ੀ ਦੀ ਹੋਊਗੀ ਜਦੋਂ ਆਛੜ ਲੈਣਾ ਕਿਸੇ ਨਹੀਂ ਬੋਲਦੇ ਸਾਹ ਮੀਆਂ ਜਿਹੜੇ ਲਿਖ ਬੇਦਾਵੇ ਸੀ ਖਿਸਕੇ ਆਏ ਦੇ ਕੇ ਜਾਨ ਬਖਸ਼ਾਈ ਸੀ ਭੁੱਲ ਮੀਆਂ ਕੰਡਾ ਵੱਜਣ ਦੀ ਪੀੜ ਨਾ ਜਰੀ ਜਿੰਨਾ ਜਾ ਕੇ ਮੰਗਣਗੇ ਸਿਰਾਂ ਦੇ ਮੁੱਲ ਮੀਆਂ ਤੇ ਸਰੋਤਿਓ ਹੁਣ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਯੂਨੀਵਰਸਿਟੀ ਰਿਹਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA